ਦੋਸਤੋ, ਮੈਂ ਹਾਂ ਕੁਲਦੀਪ ਸਿੰਘ ਬੇਦੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਸਿਨੇਮਾ ਫਾਰ ਯੂ ਦੇ ਉੱਤੇ ਅਸੀਂ ਤੁਹਾਡੇ ਨਾਲ ਅਕਸਰ ਪੰਜਾਬੀ ਫਿਲਮਾਂ ਜਿਹੜੀਆਂ ਸਾਡੀਆਂ ਰਿਲੀਜ਼ ਹੁੰਦੀਆਂ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ। ਬਹੁਤ ਵਾਰੀ ਸਾਡੇ ਦਰਸ਼ਕਾਂ ਨੇ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਬਹੁਤ ਸਾਰੀਆਂ ਪੰਜਾਬੀ ਦੇ ਵਿੱਚ ਸ਼ਾਰਟ ਫਿਲਮਾਂ ਵੀ ਬਣ ਰਹੀਆਂ ਹਨ, ਜਿਹੜੀਆਂ ਕੋਈ ਯੂਟਿਊਬ ਤੇ ਵੀ ਦਿਖਾਈਆਂ ਜਾ ਰਹੀਆਂ ਹਨ, ਕੋਈ ਵੈਬ ਸੀਰੀਜ਼ ਵੀ ਹੈ, ਤੁਸੀਂ ਉਹਨਾਂ ਬਾਰੇ ਗੱਲ ਕਰਿਆ ਕਰੋ। ਸੋ ਦੋਸਤੋ, ਇਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਅੱਛੀ ਵੈਬ ਸੀਰੀਜ਼ ਸ਼ੁਰੂ ਹੋਈ ਹੈ ਜਿਸ ਦਾ ਨਾਮ ਹੈ ਬਲਦੇ ਦਰਿਆ, ਔਰ ਇਹ ਸਾਡੇ ਬੜੇ ਪੰਜਾਬੀ ਦੇ ਮਸ਼ਹੂਰ ਇੱਕ ਸਾਡੇ ਨਾਵਲਕਾਰ ਨੇ ਬਲਦੇਵ ਸਿੰਘ ਸੜਕਨਾਮਾ, ਇਹ ਬਲਦੇ ਦਰਿਆ ਨਾਂ ਦਾ ਜਿਹੜਾ ਨਾਵਲ ਹੈ ਉਹਨਾਂ ਦਾ, ਇਹ 2022 ਵਿੱਚ ਛਪਿਆ ਸੀਗਾ ਔਰ ਉਸ ਵੇਲੇ ਕਾਫੀ ਚਰਚਿਤ ਹੋਇਆ ਸੀਗਾ। ਸੋ ਦੋਸਤੋ, ਇਸ ਨਾਵਲ ਦੇ ਉੱਤੇ ਸਾਡੇ ਇੱਕ ਡਾਇਰੈਕਟਰ ਨੇ ਭਗਵੰਤ ਸਿੰਘ ਕੰਗ, ਉਹਨਾਂ ਨੇ ਇਸ ਸਬਜੈਕਟ ਨੂੰ ਲੈ ਕੇ ਇਹਦੇ ਉੱਤੇ ਇੱਕ ਪੰਜਾਬੀ ਦੀ ਵੈਬ ਸੀਰੀਜ਼ ਬਣਾਈ। ਮੈਨੂੰ ਲੱਗਦਾ ਵੀ ਇਹ ਜਿਹੜੀ ਸੀਰੀਜ਼ ਹੈ ਬਲਦੇ ਦਰਿਆ, ਇੱਕ ਬੜਾ ਅੱਛਾ ਸਬਜੈਕਟ ਹੈ ਔਰ ਬੜਾ ਪੰਜਾਬ ਦੇ ਭਖਦੇ ਹੋਏ ਮਸਲੇ ਜਿਹੜੇ ਨੇ ਇਸ ਨਾਵਲ ਦੇ ਵਿੱਚ ਸ਼ਾਮਲ ਨੇ, ਤੇ ਇਸ ਨੂੰ ਲੈ ਕੇ ਭਗਵੰਤ ਸਿੰਘ ਕੰਗ ਨੇ ਇਹ ਯਤਨ ਕੀਤਾ। ਸੋ ਦੋਸਤੋ, ਉਹਨਾਂ ਨੇ ਆਪਣੇ ਨਾਲ, ਕਿਉਂਕਿ ਉਹ ਪ੍ਰੋਡਿਊਸਰ ਵੀ ਨੇ ਇਸ ਤੇ, ਉਹਨਾਂ ਨੇ ਪਰਮਜੀਤ ਨਾਗਰਾ ਨੂੰ ਆਪਣੇ ਨਾਲ ਪ੍ਰੋਡਿਊਸਰ ਲਾਇਆ ਔਰ ਇਹਨਾਂ ਦੋਵਾਂ ਨੇ ਮਿਹਨਤ ਕਰਕੇ ਇਸ 1.25 ਘੰਟੇ ਦੀ ਪਹਿਲੀ ਕਿਸ਼ਤ ਜਿਹੜੀ ਹੈ ਬਲਦੇ ਦਰਿਆ ਦੀ, ਇਹ ਸਾਨੂੰ ਪੇਸ਼ ਕੀਤੀ ਹੈ ਔਰ ਇਹ ਯੂਟਿਊਬ ਦੇ ਉੱਤੇ ਇਸ ਵੇਲੇ ਬਹੁਤ ਸਾਰੇ ਸਾਡੇ ਦਰਸ਼ਕਾਂ ਵੱਲੋਂ ਇਹ ਵੇਖੀ ਜਾ ਰਹੀ ਹੈ। ਜਦੋਂ ਅਸੀਂ ਬਲਦੇ ਦਰਿਆ ਨੂੰ ਵੇਖਦੇ ਹਾਂ, ਇਸ ਦੀ ਕਹਾਣੀ ਨੂੰ ਵੇਖਦੇ ਹਾਂ, ਇਹ ਤਾਂ ਹੌਲੀ ਹੌਲੀ ਸਾਡੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਇਹ ਸਾਰੀ ਕਹਾਣੀ ਆਏਗੀ, ਲੇਕਿਨ ਜਿਹੜੀ ਅਸੀਂ ਪਹਿਲੀ ਕਿਸ਼ਤ ਵੇਖੀ ਹੈ ਉਹਦੇ ਵਿੱਚ ਸਾਨੂੰ ਜੋ ਨਜ਼ਰ ਆਇਆ ਉਹਦੇ ਵਿੱਚ ਇਹ ਹੈ ਵੀ ਸਾਡੇ ਇੱਕ ਰਿਟਾਇਰਡ ਮਾਸਟਰ ਨੇ ਰੁੜੀਆ ਸਿੰਘ, ਉਹ ਪਿੰਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਪਤਨੀ ਹੈ ਦਲੀਪ ਕੌਰ, ਉਹ ਵੀ ਰਿਟਾਇਰਡ ਟੀਚਰ ਹੈ, ਇਹਨਾਂ ਦਾ ਇੱਕ ਪੁੱਤਰ ਹੈ ਜਿਹਦਾ ਨਾਂ ਦੀਪ ਹੈ ਔਰ ਉਹਨੂੰ ਸੰਨੀ ਕਿਹਾ ਜਾਂਦਾ ਆਮ ਤੌਰ ਦੇ ਉੱਤੇ। ਉਹ ਪੜ੍ਹਨ ਦੇ ਵਿੱਚ ਜਿਸ ਤਰ੍ਹਾਂ ਦਾ ਮਰਜ਼ੀ ਹੈ, ਲੇਕਿਨ ਉਹ ਘਰ ਵੱਲੋਂ ਉਹਨੂੰ ਲੱਗਦਾ ਹੈ ਵੀ ਘਰ ਦੇ ਵਿੱਚ 4 ਪੈਸੇ ਹੈਗੇ ਆ, ਕਿਉਂਕਿ ਉਹਦੇ ਦੋਵੇਂ ਮਾਂ ਪਿਓ ਜਿਹੜੇ ਨੇ ਉਹ ਸਰਕਾਰੀ ਨੌਕਰੀ ਚੋਂ ਰਿਟਾਇਰ ਹੋਏ ਆ, ਉਹਨਾਂ ਕੋਲ ਪੈਨਸ਼ਨ ਵੀ ਆ, ਉਹਨਾਂ ਕੋਲ ਜ਼ਮੀਨ ਵੀ ਹੈ, ਔਰ ਉਹ ਬੱਚਾ ਜਿਹੜਾ ਹੈ ਉਹਦੇ ਮਨ ਦੇ ਵਿੱਚ ਇਹ ਆ, ਉਸ ਮੁੰਡੇ ਦੇ ਮਨ 'ਚ ਇਹ ਹੈ ਵੀ ਕਿਸੇ ਤਰੀਕੇ ਇੱਥੋਂ ਛੱਡ ਕੇ ਪੰਜਾਬ ਦੇ ਵਿੱਚੋਂ ਕੈਨੇਡਾ ਵਿੱਚ ਜਾਇਆ ਜਾਵੇ। ਜਿਵੇਂ ਕਿ ਆਮ ਅਸੀਂ ਵੇਖਦੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਾਡੀ ਜਿਹੜੀ ਜਵਾਨੀ ਹੈ ਸਾਰੀ, ਸਾਡੇ ਜਿਹੜੇ ਨੌਜਵਾਨ ਨੇ ਉਹ ਕੈਨੇਡਾ ਵੱਲ ਉਹਨਾਂ ਨੇ ਮੂੰਹ ਕੀਤਾ ਹੈ ਜਾਂ ਆਸਟ੍ਰੇਲੀਆ ਵੱਲ ਮੂੰਹ ਕੀਤਾ ਹੈ। ਪਿੱਛੇ ਕਈ ਤਰ੍ਹਾਂ ਦੇ ਕਾਰਨ ਨੇ, ਇੱਕ ਜਿਹੜੇ ਤਾਂ ਚੰਗੇ ਪੜ੍ਹਾਈ ਦੇ ਵਿੱਚ ਬੱਚੇ ਨੇ ਉਹ ਆਪਣੀ ਚੰਗੀ ਪੜ੍ਹਾਈ ਲਈ ਬਾਹਰ ਜਾਣਾ ਚਾਹੁੰਦੇ ਨੇ, ਦੂਜੇ ਉਹ ਨੇ ਜਿਹੜੇ ਇੱਥੇ ਪੜ੍ਹਦੇ ਵੀ ਨੇ, ਇਹਦੇ ਬਾਵਜੂਦ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ, ਉਹਨਾਂ ਕੋਲ ਢੰਗ ਦਾ ਇੱਥੇ ਰਹਿਣ ਸਹਿਣ ਵੀ ਨਹੀਂ ਹੈਗਾ, ਲੇਕਿਨ ਉਹ ਆਪਣੇ ਵਿਤੋਂ ਬਾਹਰ ਜਾ ਕੇ ਉਹ ਆਪਣੇ ਕਰਜ਼ੇ ਚੁੱਕ ਕੇ ਜਾਂ ਕੋਈ ਨਾ ਕੋਈ ਜੁਗਾੜ ਲੜਾ ਕੇ ਉਹ ਬਾਹਰ ਜਾਣਾ ਚਾਹੁੰਦੇ ਆ। ਉਹਨਾਂ ਵਿੱਚ ਸਾਡੀਆਂ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਵੀ ਸ਼ਾਮਲ ਨੇ, ਮੁੰਡੇ ਵੀ ਸ਼ਾਮਲ ਨੇ। ਸੋ ਇਹਦੇ ਵਿੱਚ ਵੀ ਜਿਹੜਾ ਸੰਨੀ ਹੈ ਉਹ ਜਾਣਾ ਚਾਹੁੰਦਾ, ਲੇਕਿਨ ਉਹ ਜਦੋਂ ਉਹਦਾ ਪਿਓ ਕਹਿੰਦਾ ਵੀ ਤੂੰ ਆਈਲੈਟਸ ਕਰ ਲਾ, ਆਈਲੈਟਸ ਵਿੱਚ ਉਹਦੇ ਬਹੁਤੇ ਬੈਂਡ ਨਹੀਂ ਆਉਂਦੇ, ਉਹ ਥੱਲੇ ਰਹਿ ਜਾਂਦੇ ਨੇ, 6 ਤੋਂ ਥੱਲੇ ਰਹਿ ਜਾਂਦੇ ਨੇ, ਅਤੇ ਫਿਰ ਉਹ ਕਹਿੰਦੇ ਵੀ ਕਿਸੇ ਤਰੀਕੇ ਨਾਲ ਇਸ ਮੁੰਡੇ ਨੂੰ ਬਾਹਰ ਭੇਜਿਆ ਜਾਏ, ਪਰ ਮੁੰਡਾ ਉੱਧਰ ਦੂਜੇ ਪਾਸੇ ਨਸ਼ੇ ਵਾਲੇ ਪਾਸੇ ਤੁਰ ਪੈਂਦਾ। ਸੋ ਹੁੰਦਾ ਕੀ ਹੈ ਅਲਟੀਮੇਟਲੀ ਵੀ ਉਹਨੂੰ ਕੁੜੀ ਲੱਭਣੀ ਪੈਂਦੀ ਹੈ ਜਿਹੜੀ ਕਿ 7 ਬੈਂਡ ਵਾਲੀ ਹੋਵੇ, 6.5 ਬੈਂਡ ਵਾਲੀ ਹੋਵੇ, ਤਾਂ ਉਹ ਕੁੜੀ ਲੱਭਦਿਆਂ ਲੱਭਦਿਆਂ ਫਿਰ ਰਾਹ ਦੇ ਵਿੱਚ ਜਾਤ ਪਾਤ ਦਾ ਇੱਕ ਬੜੀ ਵੱਡੀ ਰੁਕਾਵਟ ਆ ਜਾਂਦੀ ਹੈ। ਉਸ ਰੁਕਾਵਟ ਨੂੰ ਵੀ ਇਸ ਕਰਕੇ ਪਾਰ ਕਰ ਲਿਆ ਜਾਂਦਾ ਵੀ ਚਲੋ ਕੁੜੀ ਨਾਲ ਵਿਆਹ ਕਰਾਓ, ਸਿਰਫ ਉੱਥੇ ਬਾਹਰ ਪਹੁੰਚੋ, ਫਿਰ ਕੁੜੀ ਨੂੰ ਤਲਾਕ ਦੇ ਦਿਓ। ਦੋਸਤੋ, ਕਹਾਣੀ ਜਿਹੜੀ ਆ ਉਹ ਮੈਂ ਤੁਹਾਨੂੰ ਨਹੀਂ ਦੱਸਾਂਗਾ, ਲੇਕਿਨ ਇਹਨਾਂ ਚੀਜ਼ਾਂ ਦੇ ਉੱਤੇ ਲੈ ਕੇ ਇਹ ਜਿਹੜੀ ਆ ਕਹਾਣੀ ਬੁਣੀ ਗਈ ਹੈ
ਔਰ ਇਹਦੇ ਵਿੱਚ ਦੱਸਿਆ ਗਿਆ ਹੈ ਵੀ ਜਿਹੜੇ ਵਲਦੇ ਦਰਿਆ, ਆਪਾਂ ਕਈ ਵਾਰੀ ਆਮ ਤੌਰ ਦੇ ਉੱਤੇ ਗੱਲ ਕਹਿੰਦੇ ਹਾਂ ਵੀ ਪੰਜਾਬ ਜਿਹੜਾ ਹੈ ਉਹਦੇ ਪੰਜ ਦਰਿਆ ਜਿਹੜੇ ਖੁਸ਼ਹਾਲੀ ਦੇ ਪ੍ਰਤੀਕ ਹੁੰਦੇ ਸਨ ਕਿਸੇ ਵੇਲੇ, ਲੇਕਿਨ ਅੱਜ ਉਹਨਾਂ ਦਰਿਆਵਾਂ ਨੂੰ ਅੱਗ ਲੱਗੀ ਪਈ ਹੈ। ਸਮਝਣ ਵਾਲੀ ਇਹ ਗੱਲ ਹੈ ਵੀ ਸਾਡੀਆਂ ਜਿਹੜੀਆਂ ਜਿਹੜਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ, ਸਾਡੀਆਂ ਜ਼ਮੀਨਾਂ ਜਿਹੜੀਆਂ ਵਾਈ ਜੋ ਘੱਟ ਰਹੀਆਂ ਨੇ, ਸਾਡੇ ਹਰਿਆਵਲ ਘੱਟ ਰਹੀ ਹੈ, ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਵਿੱਚ ਗਰਕ ਹੁੰਦੇ ਜਾ ਰਹੇ ਨੇ, ਸਾਡੇ ਅੰਦਰ ਜੀਣ ਦਾ ਉਤਸ਼ਾਹ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ। ਇਹ ਬਹੁਤ ਵੱਡਾ ਸਬਜੈਕਟ ਹੈ। ਇਸ ਸਬਜੈਕਟ ਦੇ ਉੱਤੇ ਇਹ ਵੈਬ ਸੀਰੀਜ਼ ਜਿਹੜੀ ਹੈ ਇਹ ਪੇਸ਼ ਕੀਤੀ ਗਈ ਹੈ। ਔਰ ਇਸ 1.25 ਘੰਟੇ ਦੀ ਜਿਹੜੀ ਕਹਾਣੀ ਹੈ ਇਹਦੇ ਵਿੱਚ ਇਹ ਫਿਲਮ ਸ਼ੁਰੂ ਹੁੰਦੀ ਹੈ ਤਾਂ ਇਹ ਓਪਨਿੰਗ ਇਹਦੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਵੀ ਵਿਆਹ ਹੋ ਰਿਹਾ ਉਹਦਾ ਮੁੰਡੇ ਦਾ, ਫਿਰ ਉਸ ਤੋਂ ਬਾਅਦ ਉਹਦੀ ਫਲੈਸ਼ਬੈਕ ਤੇ ਸਾਰੀ ਕਹਾਣੀ ਚੱਲਦੀ ਹੈ ਔਰ 1.25 ਘੰਟੇ ਬਾਅਦ ਇਹ ਪਹਿਲੀ ਕਿਸ਼ਤ ਖਤਮ ਹੋ ਜਾਂਦੀ ਹੈ। ਸੋ ਦੋਸਤੋ, ਜਦੋਂ ਮੈਂ ਇਸ ਦੀ ਮੇਕਿੰਗ ਵੱਲ ਵੇਖਦਾ ਹਾਂ ਵੀ ਇਹ ਫਿਲਮ ਜਿਹੜੀ ਹੈ ਕਿੱਦਾਂ ਬਣਾਈ ਗਈ ਹੈ, ਮੈਨੂੰ ਭਗਵੰਤ ਸਿੰਘ ਕੰਗ ਹੁਣਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਪਸੰਦ ਆਈ। ਜਦੋਂ ਇਸ ਆਪਾਂ ਸੀਰੀਜ਼ ਨੂੰ ਵੇਖਦੇ ਹਾਂ ਤਾਂ ਇਹਦੇ ਵਿੱਚ ਬੇਸ਼ੱਕ ਸਾਰੇ ਨਵੇਂ ਕਲਾਕਾਰ ਲਏ ਗਏ ਨੇ, ਪਰ ਉਹ ਸਾਰੇ ਆਪਣਾ ਜਿਹੜਾ ਕੰਮ ਹੈ ਬਖੂਬੀ ਨਿਭਾ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਮੈਂ 1-2 ਬੰਦਿਆਂ ਦਾ ਜ਼ਿਕਰ ਕਰਾਂਗਾ, ਜਿਹੜਾ ਮਾਸਟਰ ਰੁੜੀਆ ਸਿੰਘ ਹੈ ਉਹਦਾ ਇੱਕ ਕਰੈਕਟਰ ਜਿਹੜਾ ਹੈ ਬਹੁਤ ਅੱਛਾ ਹੈ। ਫਿਰ ਇਹਦੇ ਵਿੱਚ ਇੱਕ ਕ੍ਰਾਂਤੀਪਾਲ ਨਾਂ ਦਾ ਜਿਹੜਾ ਕਰੈਕਟਰ ਹੈ, ਮੈਂ ਕਈ ਵਾਰੀ ਸਮਝਦਾ ਹੁੰਦਾ ਵੀ ਉਹ ਲੇਖਕ ਜਿਹੜਾ ਹੈ ਉਸ ਕਰੈਕਟਰ ਵਿੱਚੋਂ ਬੋਲਦਾ ਹੈ, ਲੇਖਕ ਜਿਹੜਾ ਹੈ ਉਹ ਕੀ ਕਹਿਣਾ ਚਾਹੁੰਦਾ ਹੈ ਨਾਵਲ ਦੇ ਵਿੱਚ, ਲੇਖਕ ਕੀ ਸੁਨੇਹਾ ਦੇਣਾ ਚਾਹੁੰਦਾ ਹੈ, ਉਹ ਸਾਡੇ ਕਿਹੜੇ ਦਰਿਆਵਾਂ ਦੀ ਗੱਲ ਕਰ ਰਿਹਾ, ਉਹ ਸਾਡੀ ਪੰਜਾਬ ਦੀ ਕਿਹੜੀ ਸਥਿਤੀ ਨੂੰ ਗੱਲ ਕਰ ਰਿਹਾ, ਜਿੱਥੇ ਉਹਨਾਂ ਦੀ ਜਵਾਨੀ ਨੂੰ ਵੀ ਖੁਰਾ ਲੱਗ ਰਿਹਾ, ਉਹਨਾਂ ਦੇ ਸੱਭਿਆਚਾਰ ਨੂੰ ਵੀ ਖੁਰਾ ਲੱਗ ਰਿਹਾ, ਔਰ ਜਿਹੜੇ ਆਈਲੈਟਸ ਵਾਲੇ ਆ ਉਹ ਕਿਸ ਤਰ੍ਹਾਂ ਪੈਸਾ ਕਮਾ ਰਹੇ ਨੇ, ਬਾਰ ਬਾਰ ਲੋਕਾਂ ਦੇ ਬੈਂਡ ਸੁਧਾਰਨ ਵਾਲੇ ਪਾਸੇ ਉਹ ਕਿਵੇਂ ਕਿਸੇ ਬੱਚਿਆਂ ਨੂੰ ਫੇਲ ਕਰ ਦਿੰਦੇ ਨੇ ਵੀ ਦੁਆਰਾ ਦੁਆਰਾ ਅਸੀਂ ਇਹਨਾਂ ਦੇ ਟੈਸਟ ਲਈਏ ਤਾਂ ਕਿ ਸਾਨੂੰ ਹੋਰ ਸਰਮਾਇਆ ਇਕੱਠਾ ਹੋ ਸਕੇ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਕਿੰਨਾ ਪੈਸਾ ਜਿਹੜਾ ਹੈ ਉਹ ਹਰ ਸਾਲ ਕੈਨੇਡਾ ਦੇ ਵਿੱਚ ਜਾ ਰਿਹਾ ਹੈ, ਔਰ ਲੇਖਕ ਇਹ ਵੀ ਕਹਿੰਦਾ ਵੀ ਅਸੀਂ ਕਿਸੇ ਵੇਲੇ ਜਿਹੜੇ ਸਾਡੇ ਲੋਕ ਬਾਹਰ ਜਾਂਦੇ ਸੀ ਉਹ ਬਾਹਰੋਂ ਪੈਸਾ ਇੱਧਰ ਭੇਜਦੇ ਸੀਗੇ, ਲੇਕਿਨ ਅੱਜ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਨੂੰ ਅਸੀਂ ਪੈਸਾ ਭੇਜ ਰਹੇ ਹਾਂ, ਆਪਣੇ ਬੱਚਿਆਂ ਨੂੰ ਉੱਥੇ ਖੜੇ ਕਰਨ ਲਈ ਅਸੀਂ ਪੈਸਾ ਦੇ ਰਹੇ ਹਾਂ। ਸੋ ਬਹੁਤ ਸਾਰਾ ਧਨ ਜਿਹੜਾ ਆ ਇੱਧਰੋਂ ਸਾਡਾ ਮਤਲਬ ਬ੍ਰੇਨ ਡਰੇਨ ਵੀ ਹੋ ਰਿਹਾ ਔਰ ਸਾਡਾ ਪੈਸਾ ਵੀ ਉੱਧਰ ਜਾ ਰਿਹਾ। ਸੋ ਇਹਦੇ ਵਿੱਚ ਕਿਉਂਕਿ ਨਵੇਂ ਕਲਾਕਾਰ ਨੇ, ਮੈਂ ਸੁਨੀਤਾ ਸਿੰਘ ਨਾਂ ਦੀ ਇੱਕ ਜਿਹਨੇ ਦਲੀਪ ਕੌਰ ਦਾ ਕਰੈਕਟਰ ਕੀਤਾ ਆ ਉਹਦੀ ਐਕਟਿੰਗ ਬੜੀ ਅੱਛੀ ਲੱਗੀ ਹੈ, ਜਿਵੇਂ ਕਰੋੜੀਆ ਸਿੰਘ ਮੈਂ ਕਿਹਾ ਉਹ ਵੀ ਬੜਾ ਪ੍ਰਭਾਵਿਤ ਕਰਦਾ ਹੈ। ਸੰਨੀ ਜਿਹੜਾ ਹੈ ਸੰਦੀਪ ਜਿਹੜਾ ਕਿ ਇੱਕ ਨਸ਼ੇਖੋਰ ਬੰਦਾ ਦੱਸਿਆ ਗਿਆ ਹੈ, ਉਹਦੀ ਅਜੇ ਐਕਟਿੰਗ ਸਾਡੇ ਕੋਲ ਖੁੱਲ੍ਹ ਕੇ ਨਹੀਂ ਆਈ, ਲੇਕਿਨ ਕ੍ਰਾਂਤੀਪਾਲ ਔਰ ਵੀਰ ਸਿੰਘ ਜਿਹੜੇ ਆ ਇਹ ਦੋ ਕਰੈਕਟਰ ਨੇ ਇਹ ਬੜੇ ਅੱਛੇ ਇਹਦੇ ਵਿੱਚ ਲੱਗੇ ਨੇ। ਔਰ ਸਤਾਰਿਆਂ ਵਿੱਚ ਜਿਹਨਾਂ ਲੋਕਾਂ ਦੇ ਨਾਂ ਨੇ, ਜਸ ਬੱਪਾ ਰਾਏ, ਪ੍ਰਭਜੋਤ ਰੰਧਾਵਾ, ਪਬਲਿਕ ਕਲਿਆਣ, ਜਸਮੀਨ ਬਰਨਾਲਾ, ਬਲਜੀਤ ਮੇਟੋ, ਕੁਲਦੀਪ ਸੰਧੂ, ਸ਼ਮਸ਼ੇਰ ਗਿੱਲ ਔਰ ਸੁਰਿੰਦਰ ਨਾਗਰਾ ਤੇ ਅਮਨ ਚੱਡਾ, ਇਹ ਸਾਰੇ ਐਕਟਰ ਜਿਹੜੇ ਨੇ ਕਿਉਂਕਿ ਆਪਾਂ ਦੇਖੇ ਨੇ ਗੇ ਅਗਲੀਆਂ ਜਿਹੜੀਆਂ ਕਿਸ਼ਤਾਂ ਆਉਣਗੀਆਂ ਇਸ ਤੋਂ ਬਾਅਦ ਇਸ ਵੈਬ ਸੀਰੀਜ਼ ਦੀਆਂ, ਉਹਨਾਂ ਵਿੱਚ ਇਹ ਸਾਰੇ ਕਰੈਕਟਰਾਂ ਦੀ ਸਾਨੂੰ ਪਛਾਣ ਵੀ ਹੋ ਜਾਏਗੀ ਤੇ ਸਾਨੂੰ ਨਾਂ ਵੀ ਪਤਾ ਲੱਗ ਜਾਣਗੇ। ਸੋ ਦੋਸਤੋ, ਇਸ ਵੈਬ ਸੀਰੀਜ਼ ਨੇ ਇਹਦੀ ਪਹਿਲੀ ਕਿਸ਼ਤ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਔਰ ਲੱਖਾਂ ਲੋਕ ਇਹਦੇ ਨਾਲ ਜੁੜੇ ਹੋਏ ਆ, ਤੇ ਤੁਸੀਂ ਇਸ ਨੂੰ ਜ਼ਰੂਰ ਦੇਖੋ ਕਿਉਂਕਿ ਇਹ ਇੱਕ ਬਹੁਤ ਅੱਛੇ ਸਬਜੈਕਟ ਦੇ ਉੱਤੇ ਬਣਾਈ ਗਈ ਵੈਬ ਸੀਰੀਜ਼ ਹੈ। ਔਰ ਪੰਜਾਬੀ ਸਿਨੇਮੇ ਵਾਲੇ ਜਿਹੜੇ ਫੀਚਰ ਫਿਲਮਾਂ ਬਣਾਉਂਦੇ ਆ ਉਹਨਾਂ ਦਾ ਧਿਆਨ ਵੀ ਇੱਧਰ ਜਾਵੇ ਕਿ ਸਾਡੇ ਜਿਹੜੇ ਨਾਵਲਕਾਰ ਨੇ, ਸਾਡੇ ਜਿਹੜੇ ਕਹਾਣੀਕਾਰ ਨੇ, ਉਹ ਜੋ ਕਹਾਣੀਆਂ ਲਿਖ ਰਹੇ ਨੇ, ਅੱਛੀਆਂ ਲਿਖ ਰਹੇ ਨੇ, ਉਹਨਾਂ ਦੇ ਉੱਤੇ ਵੀ ਫਿਲਮਾਂ ਵੰਡੀਆਂ ਚਾਹੀਦੀਆਂ ਨੇ। ਸੋ ਦੋਸਤੋ, ਤੁਹਾਨੂੰ ਮੇਰੀ ਗੱਲਬਾਤ ਪਸੰਦ ਆਈ ਹੋਵੇ ਤਾਂ ਪੰਜਾਬੀ ਸਿਨੇਮਾ ਫਾਰ ਯੂ ਦੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।